ਚੇਅਰਮੈਨ ਸਾਹਿਬ ਸਾਨੂੰ ਅੱਜ ਦੀ ਪ੍ਰਦਰਸ਼ਨੀ ਬਾਰੇ ਦੱਸੀਏ ਕਿ ਸਿੱਖ ਧਰਮ ਦੇ ਵਿੱਚ ਪੰਜਾਬੀ ਨੂੰ ਕਿੰਨਾ ਕੁ ਮਹੱਤਵ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਸਿੱਖ ਧਰਮ ਦੀ ਗੱਲ ਕਰੀਏ ਤਾਂ ਜੇ ਅੱਜ ਅਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਲਈ ਜਿਹੜੀ ਮਾਂ ਬੋਲੀ ਉਹ ਇੱਕ ਬਹੁਤ ਹੀ ਪੰਜਾਬੀ ਜਿਹੜੀ ਹੈ ਬਹੁਤ ਜ਼ਰੂਰੀ ਹੈ, ਐਸੈਂਸ਼ੀਅਲ ਹੈ। ਕਿਉਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਅਗਰ ਤੁਸੀਂ ਪੜ੍ਹਨਾ ਹੋਏ ਤਾਂ ਤੁਹਾਨੂੰ ਉਹਦੀ ਬੋਲੀ ਦੇ ਬਾਰੇ ਜ਼ਰੂਰ ਗਿਆਨ ਹੋਣਾ ਚਾਹੀਦਾ। ਔਰ ਖਾਸ ਕਰਕੇ ਅਗਰ ਅਸੀਂ ਆਪਣੀ ਮਾਂ ਬੋਲੀ ਨਾਲ ਨਹੀਂ ਜੋੜਾਂਗੇ ਅਤੇ ਪੰਜਾਬੀ ਨਾਲ, ਤਾਂ ਇਹ ਕਿਤੇ ਨਾ ਕਿਤੇ ਸਾਡੀ ਬਹੁਤ ਵੱਡੀ ਅਣਗਹਿਲੀ ਹੋਏਗੀ। ਅਤੇ ਇਸੇ ਗੱਲ ਨੂੰ ਰੱਖਦੇ ਹੋਏ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਗੁਰਦੁਆਰਾ ਸਾਹਿਬ ਅਸੀਂ ਜਾਣਨਾ ਚਾਹੁੰਦੇ ਹਾਂ ਜਿਹੜੀ ਪ੍ਰਦਰਸ਼ਨੀ ਰੱਖੀ ਆ ਉਹਦੇ ਵਿੱਚ ਕੀ ਤੁਸੀਂ ਚੀਜ਼ਾਂ ਰੱਖੀਆਂ, ਬੱਚਿਆਂ ਵਾਸਤੇ ਪੰਜਾਬੀ ਨੂੰ ਕਿੱਦਾਂ ਅਪ ਕੀਤਾ ਜਾ ਸਕਦਾ? ਦੇਖੋ ਜੀ, ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਇਸ ਸਰੋਵਰ ਦੀ ਪਰਿਕਰਮਾ 'ਚ ਇਸ ਵਿਸ਼ੇਸ਼ ਤੌਰ 'ਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਹ ਸਟਾਲ ਲਗਾਇਆ ਗਿਆ। ਇਸ ਸਟਾਲ ਦੇ ਵਿੱਚ ਬੱਚੇ ਹੋਣ ਚਾਹੇ ਜਵਾਨ ਹੋਣ ਚਾਹੇ ਬਜ਼ੁਰਗ ਹੋਣ, ਸਾਰਿਆਂ ਵਾਸਤੇ ਬਰਾਬਰ ਇੱਥੇ ਜਿਹੜਾ ਅਸੀਂ ਪ੍ਰੋਗਰਾਮ ਉਲੀਕੇ ਆ। ਇੱਕ ਤਾਂ ਸਾਡੇ ਵੱਖ ਵੱਖ ਸਕੂਲ ਦੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ, ਖਾਲਸਾ ਸਕੂਲ ਦੇ ਟੀਚਰਸ ਇੱਥੇ ਆ ਕੇ, ਬੱਚੇ ਇੱਥੇ ਆ ਕੇ ਸੇਵਾਵਾਂ ਨਿਭਾ ਰਹੇ ਆ, ਸੰਗਤਾਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਮਾਂ ਬੋਲੀ ਦੇ ਨਾਲ ਜੁੜਨ ਲਈ ਪ੍ਰੇਰਿਤ ਕਰ ਰਿਹਾ ਅਤੇ ਅਪੀਲ ਕਰ ਰਿਹਾ ਕਿ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੋ। ਅੱਜ ਇਸੇ ਲੜੀ ਦੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੀ ਨੰਬਰ 7 ਗੋਬਿੰਦਪੁਰੀ ਦੀ ਪ੍ਰਬੰਧਕ ਕਮੇਟੀ ਅਧੀਨ ਚੱਲਦਾ, ਅੱਜ ਉਹਨਾਂ ਦੀ ਸਕੂਲ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਅਤੇ ਉਹਨਾਂ ਦਾ ਸਟਾਫ ਇੱਥੇ ਆਇਆ ਹੋਇਆ। ਜੋ ਦਿੱਲੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ, ਇਹਦੇ ਵਿੱਚ ਅਸੀਂ ਇਹ ਦੇਖੋ ਫਿਰ ਛੋਟੇ ਛੋਟੇ ਬੱਚੇ ਜਿਹੜੇ ਆ ਜਾਂ ਵੱਡੇ ਆ ਬਜ਼ੁਰਗ ਹੈ, ਇਹ ਅਸੀਂ ਖਾਲਸਾਈ ਚਿੰਨ੍ਹ ਬਣਾਏ ਨੇ ਉਹਦੇ ਵਿੱਚ, ਉਹ ਰੰਗ ਭਰ ਰਹੇ ਨੇ, ਅਸੀਂ ਸਵਾਲ ਜਵਾਬ ਜਿਹੜੇ ਹੈ ਉਹ ਬਣਾਏ ਹੈ ਉਹਦੇ 'ਤੇ ਜਵਾਬ ਲਿਖਦੇ ਆ, ਅਸੀਂ ਮਲਟੀ ਚੁਆਇਸ ਕੁਸ਼ਚਨ ਪੇਪਰ ਬਣਾਇਆ ਉਹਨੂੰ ਟਿਕ ਕਰਕੇ ਇੱਥੇ, ਚਾਹੇ ਕੋਈ ਬੱਚਾ ਹੈ 4 ਸਾਲ ਤੋਂ ਲੈ ਕੇ 80 ਸਾਲ 85 ਸਾਲ ਜਿੰਨਾ ਵੀ ਉਮਰ ਦੀ ਕੋਈ ਲਿਮਿਟ ਨਹੀਂ, ਉਹ ਇੱਥੇ ਉਹਨੂੰ ਭਰਦਾ ਟਿਕ ਕਰਦਾ, ਉਹਨੂੰ ਦੇਖ ਕੇ ਅਸੀਂ ਨੰਬਰ ਦਿੰਦੇ ਹਾਂ। ਫਿਰ ਜਿਹੜੇ ਬੰਦੇ ਇੱਥੇ ਜਿਹੜੇ ਆ ਰਹੇ ਆ ਹਿੱਸਾ ਲੈ ਰਹੇ ਆ ਉਹ ਸਾਰਿਆਂ ਨੂੰ ਅਸੀਂ ਜਿਹੜਾ ਅਸੀਂ ਇਨਾਮ ਦਿੰਦੇ ਹਾਂ ਔਰ ਨਾਲ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ 'ਚ ਪੰਜਾਬੀ ਬੋਲੋ, ਮਾਂ ਬੋਲੀ ਦੇ ਨਾਲ ਜੁੜੋ, ਮਾਂ ਬੋਲੀ ਨੂੰ ਨਾ ਵਿਸਾਰੋ। ਜੇ ਅਸੀਂ ਮਾਂ ਬੋਲੀ ਨਹੀਂ ਸਿੱਖਾਂਗੇ ਤਾਂ ਬਾਣੀ ਸ਼ੁੱਧ ਨਹੀਂ ਪੜ੍ਹ ਸਕਦੇ। ਸਭ ਤੋਂ ਬੇਸ ਹੈ ਜਿਹੜਾ, ਜੇ ਅਸੀਂ ਹਿੰਦੀ ਦੇ ਗੁਟਕਿਆਂ ਤੋਂ ਪੜ੍ਹਾਂਗੇ ਸਾਡਾ ਉਚਾਰਨ ਜਿਹੜਾ ਹੈ ਉਹ ਸ਼ੁੱਧ ਨਹੀਂ ਹੋ ਸਕਦਾ, ਬੱਬਾ ਹੋਏਗਾ, ਗੱਗਾ ਹੋਏਗਾ, ਜੱਜਾ ਹੋਏਗਾ। ਅਸੀਂ ਜਿਹੜਾ ਸਾਡਾ ਪੰਜਾਬੀ ਹੈ ਧੱਦਾ, ਧੱਦੇ ਨੂੰ ਧੱਦਾ ਨਹੀਂ ਧੱਦਾ ਕਹਾਂਗੇ। ਅਤੇ ਇਹ ਇਸ ਕਰਕੇ ਸਾਡੀ, ਮੈਂ ਇਹ ਅਪੀਲ ਕਰਦਾ ਕਿ ਤੁਸੀਂ ਦੁਨੀਆ ਦੀ ਜਿੰਨੀ ਮਰਜ਼ੀ ਭਾਸ਼ਾਵਾਂ ਸਿੱਖੋ ਪਰ ਇਹ ਜਿਹੜੀ ਸਿੱਖ ਔਰ ਪੰਜਾਬੀ ਹੈ ਆਪਣੇ ਘਰ ਜ਼ਰੂਰ ਪੰਜਾਬੀ ਬੋਲੋ, ਆਪਣੀ ਮਾਂ ਨਾਲ ਜ਼ਰੂਰ ਜੁੜ ਕੇ ਰਹੋ। ਅਤੇ ਇਹ ਅਸੀਂ ਤਕਰੀਬਨ ਦੂਜੀ ਵਾਰ ਇਹ ਪ੍ਰਦਰਸ਼ਨੀ 'ਚ ਅਸੀਂ ਹਿੱਸਾ ਲੈ ਰਹੇ ਹਾਂ। ਪਿਛਲੀ ਵਾਰ 5000 ਤੋਂ ਜ਼ਿਆਦਾ ਇੱਥੇ ਆਪਣਾ ਬੱਚਿਆਂ ਨੇ ਹਾਜ਼ਰੀ ਭਰੀ ਸੀ, ਆਪਣਾ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸੀ। ਔਰ ਇਸ ਵਾਰ ਵੀ ਅਸੀਂ ਤਕਰੀਬਨ 4000 ਇਨਾਮ ਰੱਖੇ, ਉਹ ਥੋੜ੍ਹੇ ਪੈ ਗਏ ਹੈ। ਇੰਨਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ, ਵੱਡਿਆਂ ਦੇ ਵਿੱਚ, ਔਰ ਅੱਜ ਹੁਣੀ ਖਾਲੜਾ ਪਰਿਵਾਰ ਜਿਹੜਾ ਪੰਥਕ ਪਰਿਵਾਰ ਹੈ ਉਹਨਾਂ ਦੇ ਵਿੱਚੋਂ ਆਏ ਆ, ਉਹ ਇੱਕ ਇੰਨੀ ਖੂਬਸੂਰਤ ਪੰਜਾਬੀ ਦੀ ਕਵਿਤਾ ਔਰ ਉਹ ਜਿੰਨੀ ਉਹਨਾਂ ਨੇ ਸੋਹਣੀ ਕਵਿਤਾ ਲਿਖੀ ਹੈ ਉੰਨੀ ਸੋਹਣੀ ਉਹਨਾਂ ਦੀ ਲਿਖਾਈ ਸੀ, ਅਤੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ। ਤਾਂ ਇਸ ਕਰਕੇ ਇਹ ਹੁੰਗਾਰਾ ਸਾਨੂੰ ਭਰਵਾਂ ਮਿਲ ਰਿਹਾ। ਸਰ, ਅਸੀਂ ਜਾਣਨਾ ਚਾਹੁੰਦੇ ਸੀ ਵੀ ਜਿੱਦਾਂ ਤੁਸੀਂ ਪੰਜਾਬੀ ਦੇ ਵਿੱਚ ਸਕੂਲਾਂ 'ਚ, ਕਿੰਨੇ ਹਿੰਦੂ ਔਰ ਕਿੰਨੇ ਮੁਸਲਮਾਨ ਬੱਚੇ ਪੰਜਾਬੀ ਨਾਲ ਇੰਟਰਸਟ ਰੱਖਦੇ? ਦੇਖੋ, ਜਿੰਨੇ ਬੱਚੇ ਸਾਡੇ ਸਿੱਖ ਬੱਚੇ ਪੰਜਾਬੀ ਨਾਲ ਇੰਟਰਸਟ ਰੱਖ ਰਹੇ ਹੈ, ਜੇ ਮੈਂ ਪ੍ਰਸੈਂਟੇਜ ਵਾਈਜ਼ ਗੱਲਾਂ ਕਰਾਂਗੇ ਉਹ ਤੋਂ ਡਬਲ ਜਿਹੜੇ ਮੁਸਲਿਮ ਬੱਚੇ
ਪੰਜਾਬੀ ਸਿੱਖ ਰਹੇ ਹੈ, ਹਿੰਦੂ ਬੱਚੇ ਸਿੱਖ ਰਹੇ ਹੈ, ਮੁਸਲਿਮ ਬੱਚੇ ਹੁਣ ਸੀਸਗੰਜ ਸਾਹਿਬ ਤੋਂ ਜਿਹੜਾ ਗੁਰਦੁਆਰਾ ਸਾਡਾ ਸਕੂਲ ਚੱਲਦਾ ਉਹਨਾਂ ਤੋਂ ਜਿਹੜੇ ਬੱਚੇ ਆਏ ਸੀ ਉਹ 100% ਮੁਸਲਿਮ ਆਏ ਸੀ ਅਤੇ ਉਹਨਾਂ ਨੇ ਇੰਨੀ ਸੋਹਣੀ ਕਵਿਤਾਵਾਂ ਬੋਲੀਆਂ ਸੀ, ਇੰਨੀ ਸੋਹਣੀ ਉਹਨਾਂ ਦੀ ਲਿਖਾਈ ਸੀ, ਔਰ ਸਾਡੇ ਖਾਲਸਾ ਸਕੂਲ 'ਚ ਪੜ੍ਹਦੇ ਹੈ ਚਾਂਦਨੀ ਚੌਂਕ ਦੇ, ਲੇਕਿਨ ਪੰਜਾਬੀ ਦੇ ਨਾਲ ਜੁੜੇ ਹੋਏ ਹੈ, ਬਹੁਤ ਹੀ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਆਪਣੀ ਪੇਸ਼ਕਾਰੀ ਕਰਕੇ ਗਏ। ਅਸੀਂ ਵੀਰ ਜੀ ਜਾਣਨਾ ਚਾਹੁੰਦੇ ਵੀ ਪੰਜਾਬੀ ਵਾਸਤੇ ਹੋਰ ਕਿੱਡੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਸਕਦੇ ਤਾਂ ਜੋ ਕਿ ਅਸੀਂ ਚੌਥੇ ਪੰਜਵੇਂ ਨੰਬਰ 'ਤੇ ਦਿੱਲੀ ਦੇ ਵਿਚਾਰ। ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਦਾ ਇਹ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣੀ ਹੈ, ਸਭ ਤੋਂ ਪਹਿਲਾਂ ਅਸੀਂ 35 ਅੱਖਰੀ ਲੇਖਣੀ ਮੁਕਾਬਲਾ ਕਰਾਇਆ, ਉਹ ਐਡਾ ਵੱਡਾ ਲੇਖਣੀ ਮੁਕਾਬਲਾ ਸੀ ਔਰ 35 ਅੱਖਰੀ ਦੇ ਉੱਤੇ ਬੱਚਿਆਂ ਨੇ ਜੋ ਪੇਸ਼ਕਾਰੀ ਕੀਤੀ ਸੀ, ਦਿੱਲੀ ਦੇ ਇਤਿਹਾਸ 'ਤੇ ਇਸ ਤਰ੍ਹਾਂ ਦੀ ਜਿਹੜੀ ਹੈ ਪੇਸ਼ਕਾਰੀ ਨਹੀਂ ਹੋਈ, ਔਰ ਲੱਖੀ ਸ਼ਾਹ ਬਣਜਾਰਾ ਹਾਲ 'ਚ ਕੇਵਲ ਅਤੇ ਕੇਵਲ 35 ਅੱਖਰੀ 'ਤੇ ਇੰਨੀ ਵੱਡੀ ਜਿਹੜੀ ਹੈ ਉਹ ਕਦੀ ਪ੍ਰਦਰਸ਼ਨੀ ਲੱਗੀ, ਉਹਦੇ 'ਚ ਬੱਚੇ ਜੁੜੇ। ਫਿਰ ਸਾਡੇ ਸਕੂਲਾਂ ਦੇ ਬੱਚਿਆਂ ਨੇ ਆਪਣੇ ਗਲਾਂ 'ਚ ਤਖਤੀਆਂ ਪਾ ਕੇ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬੀ ਬੋਲੋ, ਊੜਾ ਐੜਾ ਈੜੀ ਸਾਰੇ ਮਤਲਬ 35 ਅੱਖਰੀ ਲੈ ਕੇ ਸੰਗਤ ਦੇ ਵਿੱਚ ਗੁਰਪੁਰਬ ਦੇ ਵਿਚਰੇ ਤਾਂ ਕਿ ਪੰਜਾਬੀ ਜਿਹੜੀ ਆ ਹੋਰ ਪ੍ਰਫੁੱਲਿਤ ਹੋਏ। ਫਿਰ ਅਸੀਂ ਤੁਹਾਤੋਂ ਜਾਣਨਾ ਚਾਹੁੰਦੇ ਸੀ ਵੀਰ ਜੀ ਕਿ ਕਿੰਨੇ ਕੁ ਬੱਚਿਆਂ ਨੇ ਤੁਹਾਡੇ ਕੋਲੋਂ ਇਹ ਪ੍ਰਦਰਸ਼ਨ ਨੇ ਅੱਜ ਤੱਕ ਇਨਾਮ ਲੈ ਲਏ। ਸਾਡੇ ਕੋਲ ਜਿਹੜੀ 35 ਅੱਖਰੀ ਲੇਖਣੀ ਮੁਕਾਬਲੀ ਪਹਿਲੀ ਵਾਰ ਸੀ, ਉਦੋਂ ਪਹਿਲੀ ਵਾਰ 1400 ਬੱਚੇ ਆਏ, ਐਤਕੀ 3000 ਤੋਂ ਬੱਚੇ ਆਏ। ਇੱਥੇ ਜਦੋਂ ਪਹਿਲੀ ਪ੍ਰਦਰਸ਼ਨੀ ਲੱਗੀ ਉਦੋਂ 5000 ਤੋਂ ਬੱਚੇ ਆਏ, ਔਰ ਇਸ ਵਾਰ ਇਹ ਉਮੀਦ ਸਾਨੂੰ ਹੈ ਕਿ 8-9000 ਬੱਚਾ ਔਰ ਵੱਡੇ ਜਿਹੜੇ ਆ ਇਹ ਸਾਡੇ ਕੋਲ ਇੱਥੇ ਹਿੱਸਾ ਲੈ ਕੇ ਜਾਣਗੇ। ਤਕਰੀਬਨ ਅਗਰ ਮੈਂ ਕਹਾਂ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਆ ਤਕਰੀਬਨ 15-20000 ਦੇ ਵਿੱਚ ਵਿੱਚ ਜਿਹੜੇ ਬੱਚੇ ਆ ਔਰ ਵੱਡੇ ਆ ਪੰਜਾਬੀ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਆ, ਔਰ ਇਸ ਤੋਂ ਡਬਲ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਸਾਡਾ ਜਿਹੜਾ ਸੰਦੇਸ਼ ਹੈ ਉਹ ਦੁਨੀਆ ਦੇ ਵਿੱਚ ਪਹੁੰਚ ਚੁੱਕਿਆ। ਹੌਸਲੇ ਬੁਲੰਦ ਹੈ ਪ੍ਰਚਾਰ ਵਾਸਤੇ? ਹੌਸਲੇ ਬੁਲੰਦ ਹੈ ਕਿਉਂਕਿ ਮੈਂ ਕਹਿੰਦਾ ਕਿ ਇਹ ਪਹਿਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਮੇਟੀ ਆਈ ਹੈ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਔਰ ਸਰਦਾਰ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ, ਜਿਨ੍ਹਾਂ ਨੇ ਇੱਕ ਸੋਚ ਰੱਖੀ ਕਿ ਇਹ ਪੰਜਾਬੀ ਵਾਸਤੇ ਕੁਛ ਹੋਣਾ ਚਾਹੀਦਾ। ਅੱਜ ਤੱਕ ਇਹ ਡਿਪਾਰਟਮੈਂਟ ਨਹੀਂ ਬਣਿਆ ਸੀ, ਇਹ ਪਹਿਲੀ ਕਮੇਟੀ ਹੈ ਜਿਹਨੇ ਪੰਜਾਬੀ ਲਈ ਜਿਹੜਾ ਹੁੰਗਾਰਾ ਭਰਿਆ ਔਰ ਪੰਜਾਬੀ ਲਈ ਇੱਕ ਜਿਹੜਾ ਇੱਕ ਸਪੈਸ਼ਲ ਡਿਪਾਰਟਮੈਂਟ ਬਣਾਇਆ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ। ਅਸੀਂ ਸਕੂਲਾਂ ਦਾ ਸਿਲੇਬਸ ਵੀ ਚੈੱਕ ਕਰ ਰਹੇ ਹਾਂ, ਉਹਦੇ ਵਿੱਚ ਵੀ ਜਿਹੜਾ ਜੋ ਕੋਈ ਉਣਤਾਈਆਂ ਉਹਨੂੰ ਠੀਕ ਕਰ ਰਹੇ ਹਾਂ। ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਸਦਾ ਟੀਵੀ ਨੇ ਟੀਵੀ ਨਾਲ ਗੱਲਬਾਤ ਕਰਨ ਦਾ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਜਥੇਦਾਰ ਟੀਵੀ ਦੇ ਜਥੇਦਾਰ ਤੁਹਾਡਾ, ਕਿ ਤੁਸੀਂ ਆ ਕੇ ਇਸ ਜਿਹੜਾ ਪ੍ਰਦਰਸ਼ਨੀ ਹੈ ਇਹਨੂੰ ਕਵਰ ਕੀਤਾ ਔਰ ਤੁਸੀਂ ਆਪਣੇ ਟੀਵੀ ਦੇ ਮਾਧਿਅਮ ਤੋਂ ਇਹ ਜਿਹੜੀ ਸਾਡੀ ਆਵਾਜ਼ ਹੈ, ਇਹ ਜਿਹੜਾ ਸਾਡਾ ਉਪਰਾਲਾ ਹੈ, ਇਹਨੂੰ ਤੁਸੀਂ ਲੱਖਾਂ ਜਿਹੜੇ ਦੁਨੀਆ ਹੈ ਸਾਡੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਉੱਥੋਂ ਤੱਕ ਇਹ ਪਹੁੰਚਾਉਣਾ ਕਰੋਗੇ, ਸਾਡਾ ਸੰਦੇਸ਼ ਤੁਸੀਂ ਪਹੁੰਚਾਓਗੇ, ਉਸ ਸੰਦੇਸ਼ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।